ਪੁੱਠੇ ਆਂਦੇ ਖਲੋ ਖਲੋ ਕੇ ਦੁਨੀਆਂ ਵੇਖਿਆ ਕਰੂ, ਅਸੀਂ ਇਹੋ ਜਿਹੀ ਕੋਠੀ ਬਣਾ ਕੇ ਦੇਵਾਂਗੇ। ਖਲੋ ਖਲੋ ਕੇ ਦੁਨੀਆਂ ਵੇਖਿਆ ਕਰੂਗੀ, ਇਹੋ ਜਿਹੀ ਕੋਠੀ ਬਣਾ ਕੇ ਦੇਵਾਂਗੇ। ਆ ਤੂੰ ਵੀ ਖਲੋਤੀ ਆ, ਹਾਂਜੀ, ਵੇਖ ਲੈ ਫਿਰ ਕੋਠੀ। ਜਦੋਂ ਮਾੜੇ ਸੀ ਦਿਨ ਲੋਕ ਮਾਰਦੇ ਸੀ ਤਾਨੇ, ਅੱਜ ਚੰਗੇ ਆਏ ਦਿਨ ਲੋਕ ਕਿਉਂ ਨੀ ਜਰਦੇ, ਲੋਕ ਕਿਉਂ ਨੀ ਜਰਦੇ। ਜੀ ਹਾਂ, ਇਹ ਕਹਿਣਾ ਹੈ ਮੁੱਖ ਮੰਤਰੀ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੈਲਦਾਰ, ਤੁਹਾਡਾ ਆਪਣਾ ਹੋਸਟ। ਤੁਸੀਂ ਦੇਖ ਰਹੇ ਹੋ ਮਰਜਾਣਾ ਟੀਵੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਬਹੁਤ ਹੀ ਜ਼ਿਆਦਾ ਫੇਮਸ ਹੋਣ ਵਾਲਾ ਉਹ ਸਟਾਰ ਹੈ ਜਿਸ ਦਾ ਸਾਥ ਸੋਨੀ ਮਾਨ ਤੇ ਯੂਟਿਊਬ ਚੈਨਲ 62 ਵੈਸਟ ਸਟੂਡੀਓ ਦੇ ਓਨਰ ਰਣਵੀਰ ਬਾਥ ਨੇ ਬਹੁਤ ਹੀ ਜ਼ਿਆਦਾ ਦਿੱਤਾ ਹੈ, ਜਿਨ੍ਹਾਂ ਦੇ ਸਿਰ ਤੇ ਮੁੱਖ ਮੰਤਰੀ ਅੱਜ ਪੂਰੀ ਪੰਜਾਬੀ ਇੰਡਸਟਰੀ ਵਿੱਚ ਫੇਮਸ ਹੋ ਗਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਣਵੀਰ ਬਾਥ ਤੇ ਸੋਨੀ ਮਾਨ ਨੇ ਮੁੱਖ ਮੰਤਰੀ ਨੂੰ ਵਾਅਦਾ ਕੀਤਾ ਸੀ ਕਿ ਉਹ ਉਸਦੀ ਬਹੁਤ ਹੀ ਵਧੀਆ ਕੋਠੀ ਬਣਾ ਕੇ ਦੇਣਗੇ, ਤੇ ਹੁਣ ਮੁੱਖ ਮੰਤਰੀ ਦੇ ਘਰ ਦਾ ਕੰਮ ਚੱਲਦਾ ਪਿਆ ਹੈ ਤੇ ਮੁੱਖ ਮੰਤਰੀ ਦੇ ਘਰ ਦਾ ਲੈਂਟਰ ਪੈ ਚੁੱਕਿਆ ਹੈ। ਪਰ ਦੋਸਤੋ, ਕਈ ਲੋਕਾਂ ਨੂੰ ਮੁੱਖ ਮੰਤਰੀ ਦਾ ਘਰ ਪਸੰਦ ਨਹੀਂ ਆਉਂਦਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਕਿਹਾ ਗਿਆ ਸੀ ਕਿ ਉਸਦੀ 70 ਲੱਖ ਰੁਪਏ ਦੀ ਕੋਠੀ ਬਣਾ ਕੇ ਦੇਵਾਂਗੇ, ਪਰ ਮੁੱਖ ਮੰਤਰੀ ਦਾ ਘਰ ਬਿਲਕੁਲ ਵੀ ਵਧੀਆ ਨਹੀਂ ਹੈ। ਜੀ ਹਾਂ, ਇਹ ਕਹਿਣਾ ਹੈ ਲਾਲੀ ਤਰਨ ਤਾਰਨ ਵਾਲੇ ਦਾ। ਆਓ ਦੋਸਤੋ, ਤੁਹਾਨੂੰ ਲਾਲੀ ਦੀ ਉਹ ਵੀਡੀਓ ਦਿਖਾਉਂਦੇ ਹਾਂ ਜਿਸ ਵਿੱਚ ਉਹ ਮੁੱਖ ਮੰਤਰੀ ਦੇ ਘਰ ਜਾ ਕੇ ਸਰਆਮ ਸੋਨੀ ਮਾਨ ਤੇ ਰਣਵੀਰ ਬਾਥ ਦੀ ਬੇਇੱਜ਼ਤੀ ਕਰਦਾ ਪਿਆ ਹੈ। ਸੱਤਰ 80 ਲੱਖ ਦੀ ਕੋਠੀ ਤੇ ਸੋਨੀ ਮਾਨ ਉਹ ਕੁੜੀ। ਸਭ ਤੋਂ ਪਹਿਲਾਂ ਜਦੋਂ ਮੈਂ ਆਇਆ ਹਾਂ, ਉਸ ਤੋਂ ਬਾਅਦ ਪੱਤਰਕਾਰ ਮੀਡੀਆ ਪਤਾ ਨੀ ਕਿੰਨੇ ਕ ਆਏ, ਆਹ ਘਰ ਬਣਾ ਕੇ ਦਿੱਤਾ ਜੇ। ਨਾ ਕੋਈ ਪਲਸਤਰ ਕੀਤਾ, ਮਿਸਤਰੀ ਵੀ ਅਜੇ ਹਟੇ ਆ, ਨਾ ਕੁਝ ਕੀਤਾ, ਨਾ ਕੋ ਅਜੇ ਚਾਚੇ ਵਾਲ ਮੈਨੂੰ ਲੱਗਦੇ ਸੌਂਦੇ ਇਧਰ, ਆਹ ਘਰ ਸੌਂਦੇ ਇਧਰ, ਠੀਕ ਆ ਬਾਪੂ ਬੋਲਣਾ ਨੀ, ਸੱਚ ਤੇ ਆ, ਸੱਚ ਤੇ ਗੱਲ ਕਰ, ਸੱਚ ਤੇ ਗੱਲ ਕਰ, ਝੂਠ ਦੀ ਗੱਲ ਨੀ ਕਰਨੀ। ਕੱਲ ਨੂੰ ਤੇਰਾ ਮੁੰਡਾ ਘਰ ਬਿਠਾ ਦੇਣਗੇ, ਫਾਇਦਾ ਕੀ ਰਹੂਗਾ। ਤੁਸੀਂ ਮੁੰਡੇ ਦਾ ਮਿਸ ਯੂਸ ਕਰਨ ਡੇ ਜੇ, ਮੁੰਡੇ ਨੂੰ ਨਾਲ ਖੜ ਕੇ ਉਹਦੀ ਜ਼ਿੰਦਗੀ ਬਰਬਾਦ ਕਰਨ ਡੇ ਜੇ। ਉਹਨੂੰ ਜੇ 5 ਕਰੋੜ ਰੁਪਈਏ ਗਾਣੇ ਦਾ ਮਿਲਿਆ ਨਾ, ਟ੍ਰੈਂਡਿੰਗ ਲਿਸਟ ਤੇ ਗਾਣਾ ਰਿਹਾ, ਠੀਕ ਆ, ਤੇ ਤੁਸੀਂ ਇੱਥੇ ਮੈਨੂੰ ਲੱਗਦਾ ਵੀ 2.5 ਲੱਖ ਕੇ 3 ਲੱਖ ਕੇ ਵੱਧ ਤੋਂ ਵੱਧ 3.5 ਲੱਖ ਰੁਪਇਆ ਤੁਸੀਂ ਲਾ ਕੇ ਗੱਲ ਕਰਨ ਡੇ ਜੇ। ਸ਼ਰਮ ਨੂੰ ਹੱਥ ਮਾਰੋ ਕੁਝ, ਆ ਨਾਲ ਸਾਰੇ ਵੀਰ ਭੈਣਾਂ। ਦੋਸਤੋ, ਇਹ ਸਭ ਦੇਖਣ ਤੋਂ ਬਾਅਦ ਰਣਵੀਰ ਬਾਥ ਤੇ ਮੁੱਖ ਮੰਤਰੀ ਨੇ ਲਾਲੀ ਦੀ ਇੰਸਟਾ ਤੇ ਇੱਕ ਸਟੋਰੀ ਪਾ ਕੇ ਮੰਜੀ ਠੋਕੀ। ਮੁੱਖ ਮੰਤਰੀ ਨੇ ਲਿਖਿਆ ਹੈ, ਅੱਜ ਤੱਕ ਬਸ ਬੋਲਿਆ ਹੀ ਇਹ ਲੋਕਾਂ ਨੇ, ਹੈਲਪ ਕਿਸੇ ਨੇ ਨਹੀਂ ਕੀਤੀ। ਜੇ ਮੇਰਾ ਕੁਛ ਬਣ ਰਿਹਾ ਹੈ ਤਾਂ ਬਣ ਲੈਣ ਦੋ ਭਰਾਵੋ, ਮੈਂ ਨਹੀਂ ਕਰਦਾ ਕੋਈ ਗਾਣਾ, ਘਰੇ ਬੈਠ ਜਾਣਾ ਜੇ ਮੈਨੂੰ ਰੋਟੀ ਦੇ ਦਓਗੇ ਸਾਰੀ ਉਮਰ। ਤੇ ਨਾਲ ਹੀ ਥੱਲੇ ਲਿਖਿਆ ਹੈ ਕਿ 1-2 ਬੰਦੇ ਬਹੁਤ ਦੁਖੀ ਆ, ਕੋਈ ਗੱਲ ਤਾਂ ਮੇਰੇ ਨਾਲ ਕਰ ਲਓ ਸਿੱਧੀ, ਤੁਸੀਂ ਬਣਾ ਦਿਓ ਘਰ ਮੇਰਾ, ਮੈਂ ਬੈਠ ਜਾਂਦਾ ਘਰੇ। ਤੇ ਨਾਲ ਹੀ 62 ਵੈਸਟ ਸਟੂਡੀਓ ਤੋਂ ਰਣਵੀਰ ਬਾਥ ਨੇ ਪੋਸਟ ਪਾ ਕੇ ਲਿਖਿਆ ਹੈ, ਹਰ ਕਿਸੇ ਕੰਮ ਨੂੰ ਟਾਈਮ ਲੱਗਦਾ, ਹੌਲੀ ਹੌਲੀ ਸਭ ਕੰਮ ਹੋ ਜਾਣਗੇ, ਅਸੀਂ ਕਰ ਰਹੇ ਹਾਂ ਮੁੱਖ ਮੰਤਰੀ ਦੇ ਘਰ ਦਾ ਕੰਮ, ਸੋ ਜਿਹੜੇ 1-2 ਬੰਦੇ ਬੋਲਦੇ ਆ, ਵੀ ਡੋਂਟ ਕੇਅਰ, ਲੋਕਾਂ ਨੂੰ ਸਭ ਪਤਾ ਅਸੀਂ ਕੀ ਕੀਤਾ ਐਂਡ ਕੀ ਕਰਾਂਗੇ, ਧੰਨਵਾਦ ਹੂ ਸਪੋਰਟਿੰਗ ਅਸ। ਹਾਂਜੀ ਦੋਸਤੋ, ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਕੀ ਤੁਹਾਡੇ ਅਕੋਰਡਿੰਗ ਸੋਨੀ ਮਾਨ ਤੇ ਰਣਵੀਰ ਬਾਥ ਮੁੱਖ ਮੰਤਰੀ ਨੂੰ ਯੂਜ਼ ਕਰਦੇ ਪਏ ਨੇ ਜਾਂ ਫਿਰ ਮੁੱਖ ਮੰਤਰੀ ਦੀ ਹੈਲਪ ਕਰਦੇ ਪਏ ਨੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਹੁਣ ਦੇ ਲਈ ਇੰਨਾ ਹੀ, ਮਿਲਾਂ ਕਿਸੇ ਨਵੀਂ ਅਪਡੇਟ ਨਾਲ, ਧੰਨਵਾਦ ਜੀ, ਸਤਿ ਸ੍ਰੀ ਅਕਾਲ।